ਸਿੱਧੂ ਮੂਸੇਵਾਲਾ ਦੇ ਇਸ ਸਟੇਜ ਸ਼ੋਅ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵਿਵਾਦ ਖੜਾ ਹੋ ਗਿਆ, ਜਿੱਥੇ ਸਿੱਧੂ ਮੂਸੇਵਾਲਾ ਦਾ ਵਿਰੋਧ ਹੋ ਰਿਹਾ ਉੱਥੇ ਹੱਕ ਦੇ ਵਿੱਚ ਨਿਤ ਰਹੇ ਨੇ ਮੰਤਰੀ ਗੁਰਪ੍ਰੀਤ ਕਾਂਗੜ। ਕਿਹਾ ਮੂਸੇਵਾਲਾ ਸਮਾਜ ਦੇ ਨਾਲ ਜੁੜੀਆਂ ਗੱਲਾਂ ਹੀ ਆਪਣੇ ਗਾਣਿਆਂ ਦੇ ਵਿੱਚ ਜ਼ਿਕਰ ਕਰਦਾ ਹੈ। ਮੂਸੇਵਾਲਾ ਦੇ ਕਿਸੇ ਗਾਣੇ 'ਚ ਲੱਚਰਤਾ ਨਹੀਂ ਹੈ। ਜੀ ਹਾਂ, ਸਿੱਧੂ ਮੂਸੇਵਾਲਾ ਦੇ ਸਮਰਥਨ ਦੇ ਵਿੱਚ ਹੱਕ ਦੇ ਵਿੱਚ ਨਿਤ ਰਹੇ ਨੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ, ਜਿਨ੍ਹਾਂ ਕਿਹਾ ਵਿਰੋਧੀਆਂ ਨੂੰ ਮੂਸੇਵਾਲਾ ਦੀ ਚੜ੍ਹਾਈ ਬਰਦਾਸ਼ਤ ਨਹੀਂ ਹੈ। ਗੈਂਗਸਟਰਾਂ ਦੇ ਬੜੀਆਂ ਫਿਲਮਾਂ 'ਤੇ ਬੋਲੇ ਗੁਰਪ੍ਰੀਤ ਕਾਂਗੜ ਕਿ ਫਿਲਮ ਦੇਖ ਕੇ ਹੀ ਫੈਸਲਾ ਲੈਣਾ ਚਾਹੀਦਾ ਹੈ ਕਿ ਇਸਦਾ ਵਿਰੋਧ ਹੋਣਾ ਚਾਹੀਦਾ ਹੈ ਜਾਂ ਫਿਰ ਨਹੀਂ। ਪਰ ਸਿੱਧੂ ਮੂਸੇਵਾਲਾ ਦੇ ਹੱਕ ਦੇ ਵਿੱਚ ਨਿਤਰਦਿਆਂ ਵੱਡੀ ਗੱਲ ਜ਼ਰੂਰ ਕਹੀ ਹੈ ਕਿ ਸਿੱਧੂ ਮੂਸੇਵਾਲਾ ਦੀ ਚੜ੍ਹਾਈ ਬਰਦਾਸ਼ਤ ਨਹੀਂ ਹੈ। ਉਹਦੇ ਪ੍ਰਤੀ ਮੈਂ ਜਿੰਨੀ ਕੁ ਮੈਨੂੰ ਪਤਾ ਲੱਗਿਆ ਉਹਦੇ 'ਚ ਵੀ ਉਹਦੀ ਮੁੰਡੇ ਦੀ ਉਹਨੇ ਗਾਉਣ ਜਿਹੜਾ ਉਹਨੇ ਇੱਕ ਦਿਨ ਬੜਾ ਸਪੱਸ਼ਟ ਕੀਤਾ ਸੀ ਵੀ ਮੈਂ ਮੇਰੇ ਗਾਣਿਆਂ ਦੇ ਵਿੱਚ ਕੋਈ ਐਸਾ ਵਰਡ ਨਹੀਂ ਜਿਹੜਾ ਲੱਚਰ ਗਾਣਾ ਹੋਵੇ। ਦੂਜੀ ਗੱਲ, ਸਾਡੇ ਨਾਲ ਸਮਾਜ ਨਾਲ ਜੁੜੀਆਂ ਹੋਈਆਂ ਉਹਦੀਆਂ ਗਾਣੇ ਦੀਆਂ ਗੱਲਾਂ ਹੈ, ਉਹਨੂੰ ਉੱਪਰ ਚੜ੍ਹਦੇ ਨੂੰ ਵੇਖ ਕੇ ਉਹਦੇ ਸਾਥੀ ਸਾਹਿਬਾਨ ਜਿਹੜੇ ਆਸੇ ਪਾਸੇ ਦੇ ਉਹਦੇ ਦੋਸਤ ਮਿੱਤਰ ਹੈ ਉਹਨੂੰ ਲੱਡਾਉਣ ਕਰਨਾ ਚਾਹੁੰਦੇ ਆ, ਉਹ ਕਿਵੇਂ ਨਾ ਕਿਵੇਂ ਤਰੀਕੇ ਵਰਤ ਕੇ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਉਹਨੂੰ ਮੇਰੇ ਖਿਆਲ ਦੇ ਵਿੱਚ ਆਪਣੇ ਆਪ ਦੇ ਵਿੱਚ ਖਤਮ ਕਰਨ ਵਾਲੀ ਗੱਲ ਹੈ। ਨਹੀਂ, ਮੈਂ ਜੇ ਕਹਿੰਦਾ ਵੀ ਮੈਂ ਤਾਂ ਨਹੀਂ, ਜੇ ਉਹ ਗਲਤ ਗਾਉਂਦਾ ਤਾਂ ਬਹੁਤ ਮਾੜੀ ਗੱਲ ਹੈ, ਫਿਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਨਹੀਂ, ਇਹੋ ਜਿਹੀਆਂ ਗੱਲਾਂ ਸਟੇਜਾਂ ਵੇਖੋ, ਗੱਲ ਇਹ ਹੈ ਇਹ ਚੀਫ ਮਿਨਿਸਟਰ ਸਾਹਿਬ ਨੇ ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਬੈਨ ਲਾਇਆ ਉਹਨਾਂ ਨੇ ਬੜਾ ਸੋਚ ਸਮਝ ਕੇ ਲਾਇਆ ਹੋਣਾ। ਅੱਜ ਕੱਲ੍ਹ ਸਾਡੇ ਜਿਹੜੇ ਨੌਜਵਾਨ ਆ ਕਈ ਵਾਰੀ ਐਸਾ ਮਾਹੌਲ ਵੇਖ ਕੇ ਇਹੋ ਜਿਹੀ ਫਿਲਮ ਪੜਦੇ 'ਤੇ ਦੇਖ ਕੇ ਉਹਦੇ ਮਨ ਨੂੰ ਵੀ ਕਿਤੇ ਨਾ ਕਿਤੇ ਐਸਾ ਮਾਹੌਲ ਆ ਜਾਂਦਾ ਵੀ ਸ਼ਾਇਦ ਮੈਂ ਵੀ ਇਸ ਗੱਲ ਦੇ ਵਿੱਚ ਤੁਰਾਂ, ਜਿਨ੍ਹਾਂ ਦੀਆਂ ਫਿਲਮਾਂ ਬਣ ਰਹੀਆਂ ਨੇ ਉਹ ਉਸ ਨੂੰ ਵੱਡੀ ਗੱਲ ਮੰਨਦੇ ਨੇ, ਜਿਸ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਇੱਕ ਆਪਣੇ ਆਪ ਦੇ ਵਿੱਚ ਖਤਮ ਕਰਨ ਵਾਲੀ ਕਹਾਣੀ ਬਣ ਜਾਂਦੀ ਹੈ। ਇਸ ਕਰਕੇ ਕੋਈ ਫਿਲਮ ਬਣਾਉਣੀ ਮੈਂ ਇਹ ਨਹੀਂ ਕਹਿੰਦਾ ਵੀ ਬਹੁਤ ਮਾੜੀ ਗੱਲ ਹੈ, ਪਰ ਜਿਹੜਾ ਵਿੱਚ ਉਹਦਾ ਰੋਲ ਹੈ ਉਹ ਵੇਖਣਾ ਚਾਹੀਦਾ ਵੀ ਉਹਦੇ ਰੋਲ ਦੇ ਵਿੱਚ ਕੀ ਕੁਛ ਹੈ, ਜੇ ਰੋਲ ਇੰਨਾ ਨੈਗੇਟਿਵ ਹੈ ਫਿਰ ਤਾਂ। ਗੁਰਪ੍ਰੀਤ ਕਾਂਗੜ ਨੇ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਨਿਤਰਦਾ ਕਿਹਾ ਕਿ ਕਿਸੇ ਤਰ੍ਹਾਂ ਦੀ ਅਸ਼ਲੀਲਤਾ ਉਸਦੇ ਗਾਣੇ ਦੇ ਵਿੱਚ ਨਹੀਂ ਹੁੰਦੀ ਤੇ ਉਸਦੇ ਸਾਥੀ ਉਸਦੀ ਚੜ੍ਹਾਈ ਤੋਂ ਜਲਦੇ ਨੇ, ਬਰਦਾਸ਼ਤ ਨਹੀਂ ਕਰਦੇ, ਇਸ ਲਈ ਉਸਦਾ ਇਸ ਤਰ੍ਹਾਂ ਵਿਰੋਧ ਹੋ ਰਿਹਾ। ਤੇ ਉਧਰ ਭੜਕਾਊ ਗੀਤਾਂ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਪੰਡਿਤ ਰਾਓ ਤਰੇਨਵਰ ਨੇ ਸਿੱਧੂ ਮੂਸੇਵਾਲਾ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਦਿੱਤੀ ਹੈ। ਜੀ, ਇਹ ਤਾਂ ਬਹੁਤ ਮੰਦਭਾਗੀ ਗੱਲ ਹੈ, ਇਸ ਤੇ ਕਾਰਵਾਈ ਜ਼ਰੂਰ ਹੋਣ ਵਾਲੀ ਹੈ। ਮਾਨਯੋਗ ਮੁੱਖ ਮੰਤਰੀ ਤੇ ਮਾਨਯੋਗ DGP ਪੰਜਾਬ ਸਾਰੇ ਨੋਟ ਕਰ ਰਹੇ ਨੇ ਇਹਨਾਂ ਦੀ ਹਰਕਤ, ਤੇ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵੀ ਇਹਨਾਂ ਦੀ ਹਰਕਤ ਨੋਟ ਕਰਦਾ ਪਿਆ, ਤੇ ਵੱਡੀ ਪੱਧਰ 'ਤੇ ਕਾਰਵਾਈ ਹੋਣ ਵਾਲੀ, ਤੁਸੀਂ ਵੇਟ ਕਰਦੇ ਰਹੋ, ਤੁਸੀਂ ਦੇਖਦੇ ਰਹੋ ਅੱਗੇ ਅੱਗੇ। ਬਿਲਕੁਲ 100% ਕਾਨੂੰਨੀ ਤੌਰ 'ਤੇ, ਪੁਲਿਸ ਤੌਰ 'ਤੇ ਹਰ ਥਾਂ 'ਤੇ ਵਿਰੋਧ ਹੋਏਗੀ। ਪੂਰਾ ਪੰਜਾਬ ਦੇ ਲੋਕ ਜਾਗ ਰਹੇ ਨੇ, ਪੰਜਾਬ ਦੇ ਲੋਕ ਵੀ ਵਿਰੋਧ ਕਰ ਰਹੇ ਨੇ, ਸਮਾਜਿਕ ਪੱਧਰ 'ਤੇ ਵੀ ਵਿਰੋਧ ਹੋਏਗੀ। ਤੁਸੀਂ ਦੇਖੋਗੇ ਇੱਕ ਦਿਨ ਇਹਨਾਂ ਦੇ ਇੱਕ ਸ਼ੋਅ ਵੀ ਨਹੀਂ ਲੱਗਣ ਦੇਣਾ। ਅਸੀਂ ਬਹੁਤ ਜਲਦ ਆਉਣ ਵਾਲੇ ਨਵਾਂਸ਼ਹਿਰ ਦੇ ਵਿੱਚ ਇਹਨਾਂ ਦੇ ਸ਼ੋਅ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ, ਨਹੀਂ ਲੱਗਣ ਦੇਂਗੇ। ਅਸੀਂ ਕੋਈ ਵੀ ਸ਼ੋਅ ਭਾਵੇਂ ਹਿੰਦੁਸਤਾਨ ਦੇ ਵਿੱਚ ਹੋਵੇ, ਭਾਵੇਂ ਵਿਦੇਸ਼ ਵਿੱਚ ਹੋਵੇ, ਇਹਨਾਂ ਦੇ ਖਿਲਾਫ ਅਸੀਂ ਕਾਰਵਾਈ। ਲੱਚਰ ਗਾਇਕੀ ਅਤੇ ਅਸ਼ਲੀਲ ਗਾਇਕੀ ਦੇ ਖਿਲਾਫ ਮੋਰਚਾ ਖੋਲਣ ਵਾਲੇ ਪੰਡਿਤ ਰਾਓ ਤਰੇਨਵਰ ਨੇ ਸਿੱਧੂ ਮੂਸੇਵਾਲਾ ਦੇ ਖਿਲਾਫ ਕਾਰਵਾਈ ਦੀ ਜਿੱਥੇ ਮੰਗ ਕੀਤੀ ਹੈ, ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈ ਜ਼ਰੂਰ ਹੋਵੇਗੀ। ਤੇ ਉਧਰ ਪੰਜਾਬੀ ਸੂਫੀ ਗਾਇਕ ਕਵਰ ਗਰੇਵਾਲ ਤੋਂ ਜਦੋਂ ਮੂਸੇਵਾਲਾ ਸਣੇ ਤਮਾਮ ਗਾਇਕਾਂ ਦੀ ਭੜਕਾਊ ਗਾਇਕੀ ਤੇ ਸਵਾਲ ਕੀਤਾ ਗਿਆ ਤਾਂ ਉਹ ਕੁਝ ਵੀ ਕਹਿਣ ਤੋਂ ਗੁਰੇਜ਼ ਕਰਦੇ ਨਜ਼ਰ ਆਏ। ਆਪਾਂ ਆਪਦੀਆਂ ਗੱਲਾਂ ਕਰੀਏ ਬਸ, ਹੈ ਨਾ, ਆਪਾਂ ਕਿਸੇ ਤੋਂ ਕਹਿ ਤੁਸੀਂ ਸੇਧ ਕੀ ਦੇਣਾ ਚਾਹੁੰਦੇ ਹੋ? ਮੈਂ ਸੇਧ ਦੇਣ ਵਾਲਾ ਕੌਣ ਹੈ? ਹੈ ਮੇਰੇ ਕੋਲ ਕੀ ਹੈ ਤਾਂ ਬਸ, ਮੈਂ ਤਾਂ ਇਹ ਕਿ ਚੰਗੇ ਸ਼ਬਦਾਂ ਦੀ ਖੇਤੀ ਕਰ ਸਕਦਾ ਹਾਂ, ਹੈ ਨਾ, ਚੰਗੇ ਗੀਤ। ਹਾਂ, ਮੇਰੇ 'ਚ ਕੋਈ ਤੁਹਾਨੂੰ ਕਮੀ ਲੱਗਦੀ ਹੈ ਤਾਂ ਉਹ ਜ਼ਰੂਰ ਤੁਸੀਂ ਦੱਸੋ, ਕਿਉਂਕਿ ਤੁਸੀਂ ਸਭ ਮੇਥੋਂ ਉਮਰਾਂ 'ਚ ਵੱਡੇ ਹੋ। ਠੀਕ ਹੈ, ਤੁਹਾਨੂੰ ਲੱਗਦਾ ਨਹੀਂ ਕਿ ਉਹ ਗਲਤ ਨੌਜਵਾਨ ਪੀੜ੍ਹੀ ਨੂੰ? ਨਹੀਂ, ਦੇਖੋ, ਜੇ ਕਹੀਏ ਵੀ ਨਸ਼ਾ ਕਰਨਾ ਚੰਗੀ ਗੱਲ ਹੈ ਕਿ ਮਾੜੀ ਗੱਲ ਹੈ, ਤਾਂ ਸਵਾਲ ਹੀ ਨਹੀਂ ਹੈ, ਉਹ ਤਾਂ ਕਰਨਾ ਮਾੜੀ ਗੱਲ, ਸਭ ਨੂੰ ਪਤਾ, ਤਾਂ ਚੰਗੇ ਗੀਤ ਗਾਉਣੇ ਸੋਹਣੀ ਗੱਲ। ਤਾਂ ਹਾਲਾਂਕਿ ਪਹਿਲਾਂ ਕੋਈ ਮਾਮਲਾ ਨਹੀਂ ਹੈ ਜਦੋਂ ਮੂਸੇਵਾਲਾ